हाँ जी हाँ जी, ठीक हो गया। तुसी सुनाओ, सब खैर है ना? मैं तुसी सुनाओ, ठीक है? तबीयत ठीक है? कितों दे है लोइयां वाला? ते लोइयां वाला कड़ा तू हां मन्नेया के चंगा भला ओथों दे कोई चंगे बंदे ने? हां जी, अक्सर वेखन मिलेगा। अज मैं जिना रोड दे उत्ते सुंदर फंडेक्शन है मेरे हाजी साहब दी, हाजी सरफराज साहब ने अपना, मेरे हाजी इकबाल साहब ने, ਅਸੀਂ ਇਕੱਠੇ ਬੈਠੇ ਹਾਂ। ਯਕੀਨ ਕਰੋ ਮੈਂ ਵਿਜ਼ਿਟ ਕਰਕੇ ਆਇਆ ਤੇ ਮੇਰੇ ਲੂੰ ਕੰਡੇ ਖੜੇ ਹੋ ਗਏ ਨੇ ਕਿ ਇਨਸਾਨੀਅਤ ਹੋਵੇ ਤੇ ਇਹੋ ਜਿਹੀ ਹੋਵੇ, ਔਰ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ। ਪੂਰੇ ਹਸਪੀਟਲ ਦਾ ਮੈਂ ਵਿਜ਼ਿਟ ਕੀਤਾ ਔਰ ਬੱਚਿਆਂ ਦਾ ਵਿਜ਼ਿਟ ਕੀਤਾ, ਬੱਚਿਆਂ ਨੂੰ ਜਿਨ੍ਹਾਂ ਨੂੰ ਬਲੱਡ ਲੱਗ ਰਿਹਾ 20 ਸਾਲ ਤੋਂ, 25 ਸਾਲ ਤੋਂ, 28 ਸਾਲ ਤੋਂ। ਇੱਕ ਦੋ ਬੱਚੇ ਸਾਨੂੰ ਮੇਰੇ ਪਿੱਛੇ ਵੀ ਆਏ ਵੇਖਣ ਦੇ ਨੇ ਜੇ, ਤੇ ਉਹਨਾਂ ਬੱਚਿਆਂ ਨੂੰ ਵੇਖ ਕੇ ਨਾ ਜੀ ਅੰਦਰੋਂ ਹਿਲ ਗਏ, ਲੇਕਿਨ ਉਹ ਬੱਚੇ ਵੇਖ ਕੇ ਖੁਸ਼ ਹੋ ਗਏ। ਮੈਂ ਇਸ ਤੋਂ ਪਹਿਲੇ ਵੀ ਦੋ ਤਿੰਨ ਇਹਨਾਂ ਦੇ ਵਿਜ਼ਿਟ ਕਰ ਬੈਠਾ, ਕੈਂਪਸ ਮੈਂ ਆਪਣੇ ਸਕੂਲ ਦੇ ਵਿੱਚ ਵੀ ਲਵਾਇਆ, ਫਿਰ ਸਟੇਡੀਅਮ ਦੇ ਵਿੱਚ ਵੀ ਇਹਨਾਂ ਦੇ ਨਾਲ ਗਏ, ਔਰ ਹੁਣ ਵੀ ਅਸੀਂ, ਮੈਂ ਦੱਸ ਰਿਹਾ ਜੀ, ਮੈਂ, ਮੇਰੇ ਬੱਚੇ, ਮੇਰੀ ਫੈਮਿਲੀ ਸਾਰੀ ਜੁੜੇ ਰਵਾਂਗੇ ਇਸ ਕੰਮ ਦੇ ਨਾਲ, ਔਰ ਇਨਸ਼ਾਅੱਲਾ ਇਸ ਕੰਮ ਦੇ ਵਿੱਚ ਜਿੰਨਾ ਵੀ ਬੜ ਚੜ ਕੇ ਅਸੀਂ ਹਿੱਸਾ ਲਵਾਂਗੇ। ਤੁਸੀਂ ਵੀਡੀਓ ਵੇਖ ਰਹੇ ਹੋਵੋਗੇ ਕਿ ਕਿੰਨੇ ਬੱਚੇ ਨੇ, ਕਿੰਨਾ ਬਲੱਡ ਲੱਗ ਰਿਹਾ। ਮੈਂ ਤੇ ਇਹਨਾਂ ਦੀ ਦਲੇਰੀ ਤੋਂ ਸਦਕੇ ਜਾਵਾਂ, ਇਹਨਾਂ ਦੇ ਬਹਾਦਰੀ ਤੋਂ ਸਦਕੇ ਜਾਵਾਂ ਕਿ ਜਿਵੇਂ ਇਕੱਠਾ ਕਰਦੇ ਨੇ ਨੱਸ ਭੱਜ ਕਰਕੇ, ਔਰ ਇਹਨਾਂ ਨੂੰ ਮੈਂ ਬਿਲਕੁਲ ਸਰੂਟ ਮਾਰਨ ਨੂੰ ਦਿਲ ਕਰਦਾ ਕਿ ਯਕੀਨ ਕਰੋ ਕਿ ਇੰਨਾ ਬਲੱਡ ਲਗਾਤਾਰ ਬੋਤਲਾਂ ਟੰਗੀਆਂ ਨੇ, ਬੇਸ਼ੁਮਾਰ ਮਰੀਜ਼ ਪਏ ਨੇ, ਉਹਨਾਂ ਨੂੰ ਲੱਗ ਰਿਹਾ, ਔਰ ਇਹ ਨਹੀਂ ਕਿ ਇੱਕ ਦਿਨ ਜਾਂ ਮਹੀਨੇ 'ਚ ਇੱਕ ਦਿਨ, ਹਰ ਰੋਜ਼ ਇਹੀ ਕੰਮ। ਅਤੇ ਦੋਸਤਾਂ ਮੈਂ ਸਭ ਨੂੰ ਕਹਾਂਗਾ ਕਿ ਇੱਕ ਦੂਸਰੇ ਦੇ ਨਾਲ ਅਸੀਂ ਥੋੜ੍ਹਾ ਥੋੜ੍ਹਾ ਬਲੱਡ ਇਹਨਾਂ ਨੂੰ ਦਿੰਦੇ ਰਹਾਂਗੇ, ਅਤੇ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਵੱਧਦੀ ਜਾਏ। ਉਹ 2 ਸਾਲ 4 ਸਾਲ ਸਾਡੀ ਵਜ੍ਹਾ ਤੋਂ ਇਹਨਾਂ ਦੀ ਜ਼ਿੰਦਗੀ ਵੱਧ ਜਾਏਗੀ ਅਤੇ ਸਾਨੂੰ ਬਹੁਤ ਅੱਛਾ ਲੱਗੇਗਾ। ਸਭ ਦੋਸਤਾਂ ਨੂੰ ਕਹਾਂਗਾ ਜੀ ਆਪਣਾ ਬਲੱਡ ਮਹੀਨੇ ਬਾਅਦ, 2 ਬਾਅਦ, 3 ਬਾਅਦ, 4 ਬਾਅਦ, ਇਹ ਸਭ ਕੋਈ ਇਹਦਾ ਟਾਈਮ ਹੈ ਕੋਈ ਕਿੰਨੀ ਦੇਰ ਬਾਅਦ? ਤੰਦਰੁਸਤ ਇਨਸਾਨ 3 ਮਹੀਨੇ ਤੋਂ ਬਾਅਦ ਕਰਦੇ ਆ। ਹਾਂ, ਤੇ 3 ਮਹੀਨੇ ਤੋਂ ਬਾਅਦ ਇੱਕ ਬਲੱਡ ਦੀ ਬੋਤਲ ਦੇਣੀ ਹੁੰਦੀ ਹੈ, ਫਿਰ ਬਣ ਜਾਂਦਾ ਮਿਹਨਤ ਕਰਨ ਨਾਲ, ਮਤਲਬ ਖਾਣ ਪੀਣ ਨਾਲ ਫਿਰ ਤਿਆਰ ਹੋ ਜਾਂਦਾ। ਫਿਰ ਤੁਸੀਂ 2-3 ਮਹੀਨੇ ਬਾਅਦ, 4 ਮਹੀਨੇ ਬਾਅਦ ਫਿਰ ਤੁਸੀਂ ਇੱਕ ਬੋਤਲ ਦੇ ਦਿਓ, ਤਾਂ ਉਹਦੇ ਨਾਲ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਜੀ, ਉਹ ਬਹੁਤ ਆ ਜਾਏਗੀ, ਆਪਣੀ ਰਾਹ ਰਾਸਤੇ ਆ ਜਾਣਗੇ। ਤੇ ਯਕੀਨ ਕਰੋ ਕਿ ਭਾਈ ਸਾਹਿਬ ਥੈਂਕ ਯੂ, ਬੜੀ ਮਿਹਰਬਾਨੀ ਤੁਸੀਂ ਜੋ ਕੀਤਾ ਭਾਜੀ, ਸਭ ਦੋਸਤਾਂ ਨੇ ਮਿਲ ਕੇ, ਹਾਜੀ ਅਸਲਮ ਸਾਹਿਬ, ਹਾਜੀ ਇਕਬਾਲ ਸਾਹਿਬ, ਸੋਰੀ, ਤੇ ਇਹਨਾਂ ਦੇ ਨਾਲ ਵੀ ਮੈਂ ਇਹਨਾਂ ਨਾਲ ਮੈਂ ਸਰੂਰ ਮਾਰਨਾ ਜੀ, ਇਹਨਾਂ ਨੇ ਬਹੁਤ ਇਹਦੇ ਲਈ ਕੀਤਾ ਹੋਸਪਿਟਲ ਲਈ, ਤੇ ਸਭ ਦੋਸਤ। ਹਾਂ, ਤੇ ਇਹਦੇ ਵਿੱਚ ਰਮਜ਼ਾਨ ਦੇ ਵਿੱਚ ਨਾ ਜੀ ਅਸੀਂ ਡੋਨੇਸ਼ਨ ਲਈ ਨਿਕਲਾਂਗੇ ਵੀ, ਔਰ ਚੱਲ ਵੀ ਰਹੇ ਹਾਂ ਦੇ ਨਾਲ। ਸਭ ਦੋਸਤਾਂ ਨੂੰ ਕਹਾਂਗੇ ਸਦਕਾ ਖਰਾਇਤ ਜਿਹੜਾ ਹੁੰਦਾ ਨਾ ਉੱਥੇ ਦੇਣਾ ਚਾਹੀਦਾ ਜਿੱਥੇ ਲੱਗੇ। ਬਾਕੀ ਵਿਖਾਵਾ ਜਿਹੜਾ ਉਹ ਬਹੁਤ ਲੋਕ ਕਰਦੇ, ਵਿਖਾਵਾ ਨਹੀਂ ਕਰਨਾ ਚਾਹੀਦਾ। ਇਹ ਤੁਸੀਂ ਇੱਥੇ ਆਓਗੇ ਜਦੋਂ ਪਹੁੰਚੋਗੇ ਨਾ ਜੀ, ਤੁਹਾਡਾ ਆਪੇ ਦਿਲ ਕਰੇਗਾ ਕਿ ਜੀ ਅਸੀਂ ਕੁਛ ਨਾ ਕੁਛ ਇਹਦੇ ਲਈ ਕਰਦੇ ਰਹੀਏ, ਤੇ ਕਰਨਾ ਵੀ ਚਾਹੀਦਾ। ਰਮਜ਼ਾਨ ਦਾ ਮਹੀਨਾ, ਰਮਜ਼ਾਨ ਦੇ ਮਹੀਨੇ 'ਚ ਵੈਸੇ ਹੀ ਨਿੱਕੀਆਂ ਖੱਟੋ, ਨਗਦੀ ਹੈ ਤਾਂ ਵੀ ਕਰ ਸਕਦੇ ਹੋ ਤੁਸੀਂ, ਅਗਰ ਤੁਹਾਡੇ ਕੋਲ ਕੁਛ ਨਹੀਂ ਹੈਗਾ ਤਾਂ ਬਲੱਡ ਵੀ ਦੇ ਸਕਦੇ। ਕਰਨਾ ਜ਼ਰੂਰ ਹੈ, ਕਿਸੇ ਹਾਲਤ 'ਚ ਕਰੋ। ਤੁਹਾਡੇ ਕੋਲ ਕੈਸ਼ ਹੈ 2-4 ਰੁਪਈਏ, ਮੈਂ ਕਹਿੰਦਾ 1 ਰੁਪਈਆ ਵੀ ਜੇ 10 ਦੀ ਗੁੰਜਾਇਸ਼ ਹੈ, 20 ਦੀ ਹੈ, 100 ਦੀ ਹੈ, 500, 1000 ਦੀ ਹੈ, ਜਿੰਨੀ ਵੀ ਹੋਏ ਥੋੜਾ ਥੋੜਾ ਮਿਲ ਕੇ ਇੱਕ ਦੂਜੇ ਦੇ ਨਾਲ ਚੱਲਣਾ ਚਾਹੀਦਾ, ਔਰ ਮਿਲ ਕੇ ਕਰੋਗੇ ਤੇ ਤੁਹਾਡਾ ਵੀ ਉਸ ਹਿੱਸਾ ਪੈ ਜਾਏਗਾ। ਦੇਖੋ ਇਹਨਾਂ ਨੇ ਕਰੋੜਾਂ ਰੁਪਈਆਂ ਦੀ ਮਸ਼ੀਨਰੀ ਇੱਥੇ ਲਾਈ ਹੈ, ਉਹਦੇ ਵਿੱਚ ਮੇਰਾ 1 ਰੁਪਈਆ ਵੀ ਪੈ ਜਾਏਗਾ, ਮੈਂ ਵੀ ਉਹਦਾ ਹਿੱਸੇਦਾਰ, ਮੇਰਾ ਵੀ ਮੈਨੂੰ ਵੀ ਓਨਾ ਹੀ ਸਵਾਬ ਮਿਲ ਰਿਹਾ ਜਿੰਨਾ ਦੂਜਿਆਂ ਨੂੰ ਮਿਲ ਰਿਹਾ, ਤੇ ਅਸੀਂ ਥੋੜਾ ਥੋੜਾ ਕਰਕੇ ਇੰਜ ਤੁਰੇ ਰਵਾਂਗੇ ਇਨਸ਼ਾਅੱਲਾ। ਅਸੀਂ ਬਰੂਨੇ ਮੁਲਕ, ਅੰਦਰੂਨੇ ਮੁਲਕ ਇਸ ਤਰ੍ਹਾਂ ਇਹਦੇ ਲਈ ਨਿਕਲਾਂਗੇ, ਸਾਰੇ ਦੋਸਤਾਂ ਨੂੰ ਲੈ ਕੇ ਨਿਕਲਾਂਗੇ। ਯਕੀਨ ਕਰੋ, ਮੈਂ ਅੱਜ ਇਹਨਾਂ ਨੂੰ ਭਾਈਆਂ ਨੂੰ ਦੱਸਿਆ ਕਿ ਯਾਰ ਫਨਕਾਰ ਇੱਕ ਨਾ ਹੋਣਾ, ਇੱਕ ਚੀਜ਼ ਹੋਣੀ, ਉਹ ਇੱਕ ਹਟਕੇ ਚੀਜ਼ ਹੈ। ਮੈਂ ਇਨਸ਼ਾਅੱਲਾ ਇਹਨਾਂ ਬੱਚਿਆਂ ਦੀ ਖਾਤਰ ਅੱਜ ਸਭ ਸਾਨੂੰ ਮੰਗਣਾ ਵੀ ਪਏਗਾ ਤੇ ਅਸੀਂ ਲੋਕਾਂ ਕੋਲ ਮੰਗਾਂ, ਔਰ ਜਿੰਨੇ ਜੋਗੇ ਅਸੀਂ ਵੀ ਹੋਏ, ਜਾਨੀ ਮਾਲੀ ਸਾਰਾ ਕੁਛ, ਤੇ ਇਹ ਇਨਸ਼ਾਅੱਲਾ ਹੁੰਦਾ ਰਹੇਗਾ।
हाँ लेकिन करो कुछ ना कुछ करो जी, बड़ी मेहरबानी, शुक्रिया होगा। थैंक यू।